ਪੰਜਾਬ ਦੇ ਪਿੰਡਾਂ ਦਾ ਇਤਿਹਾਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਪਿੰਡਾਂ ਦੀ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਪਿੰਡ ਬੋਤਾਲਾ ਸਥਿਤੀ ਤਹਿਸੀਲ ਬਾਬਾ ਬਕਾਲਾ ਦਾ ਪਿੰਡ ਬੋਤਾਲਾ ਬਟਾਲਾ ਜਲੰਧਰ ਸੜਕ ਤੇ ਸਥਿਤ ਅਤੇ ਰੇਲਵੇ ਸਟੇਸ਼ਨ ਬਿਆਸ ਤੋਂ 16 ਕਿਲੋਮੀਟਰ ਦੂਰ ਹੈ ਇਤਿਹਾਸਿਕ ਪਛੋਕੜ ਤੇ ਮਹੱਤਤਾ ਇਸ ਪਿੰਡ ਵਿੱਚ ਇੱਕ ਸ਼ਿਵਜੀ ਦਾ ਮੰਦਰ ਹੈ ਬਹੁਤ ਸਮਾਂ ਪਹਿਲਾਂ ਇੱਥੇ ਬੁੱਤ ਆਪਣੇ ਆਪ ਨਿਕਲਦੇ ਸਨ ਅਤੇ ਕੁਝ ਦੇਰ ਰਹਿਣ ਤੋਂ ਬਾਅਦ ਆਪਣੇ ਆਪ ਖਤਮ ਹੋ ਜਾਂਦੇ ਸਨ ਇਸ ਲਈ ਇਸ ਪਿੰਡ ਨੂੰ ਪਹਿਲਾਂ ਬੁੱਤਾਂ ਵਾਲਾ ਕਿਹਾ ਜਾਂਦਾ ਸੀ ਅਤੇ ਬਾਅਦ ਵਿੱਚ ਇਸ ਦਾ ਨਾਂ ਸੁਦਰਦਾ ਹੋਇਆ ਬੁਤਾਲਾ ਪੈ ਗਿਆ ਇਸ ਪਿੰਡ ਵਿੱਚ ਰੰਧਾਵੇ ਕਬੀਲਿਆਂ ਦਾ ਬੋਲਬਾਲਾ ਸੀ ਵਿਆਸ ਤੋਂ ਪਾਰ ਬਲ ਲੋਕਾਂ ਨੂੰ ਇੱਥੋਂ ਦੀ ਉਪਜਾਊ ਧਰਤੀ ਵੇਖ ਕੇ ਲਾਲਚ ਆ ਗਿਆ ਜਿਸ ਦੇ ਫਲਸਰੂਪ ਰੰਧਾਵੇਆਂ ਤੇ ਬੱਲਾਂ ਵਿੱਚਕਾਰ ਲੜਾਈ ਹੋਈ ਇੱਕ ਬਾਬਾ ਠੱਕਰ ਨੇ 160 ਰੰਧਾਵਿਆਂ ਨੂੰ ਸ਼ਹੀਦ ਕੀਤਾ ਅਤੇ ਉਸਦਾ ਸਿਰ ਬੁਤਾਲੇ ਡਿੱਗਾ ਪਿੰਡ ਬੁਤਾਲਾ ਵਿੱਚ ਬਾਬਾ ਠੱਕਰ ਦੀ ਸਮਾਦ ਬਣੀ ਹੋਈ ਹੈ ਬੱਲਾਂ ਦਾ ਪਿੰਡ ਤੇ ਕਬਜ਼ਾ ਹੋ ਗਿਆ ਧੰਨਵਾਦ